ਸੂਟ ਬਹੁਤ ਸੋਹਣਾ ਲੱਗਦਾ ਸੱਚੀ, ਇੰਨਾ ਵਧੀਆ ਲੱਗ ਰਿਹਾ ਸੂਟ। ਲੈ ਤੁਹਾਨੂੰ ਭੁੱਲ ਗਿਆ, ਤੁਸੀਂ ਤੇ ਲੈ ਕੇ ਦਿੱਤਾ ਸੀ। ਮੈਂ ਲੈ ਕੇ ਦਿੱਤਾ ਸੀ ਇੰਨਾ ਬੜਾ ਕੱਪੜਾ? ਅੱਛਾ, ਉਹ ਸ਼ਰਾਰਤੀ ਹੋ ਤੁਸੀਂ। ਹਾਏ ਕੀ ਹੋ ਗਿਆ, ਦਰਦ ਹੋ ਰਹੀ ਕੁਨੀ ਚ। ਮੈਂ ਕੋਲ ਬੈਠਾ ਦਰਦ ਹੁੰਦਾ ਗਾ? 2 ਮਿੰਟ ਚ ਦੇਖੀ ਹੈ, ਇਲਾਜ ਹੀ ਬੜਾ ਵਧੀਆ ਮੇਰੇ ਕੋਲ। ਉਹ ਨਹੀਂ ਨਾ ਸੁਣੋ, ਬਹੁਤ ਸ਼ਰਾਰਤੀ ਹੋ, ਹਟਦੇ ਹੀ ਨਹੀਂ। ਹੁਣ ਕੀ ਹੈ, ਹੱਥ ਵੀ ਦੁਖਦੇ, ਆਟਾ ਵੀ ਨਹੀਂ ਖੰਡਦਾ। ਹੱਥ ਤੋਂ ਲੈ 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 ਇਹ ਯਹੀ ਦੱਸ ਨਾ। ਇੱਕ ਮਿੰਟ ਭਾਜੀ, ਬਹੁਤ ਵਧੀਆ ਤੁਸੀਂ ਮੈਨੂੰ ਲੱਗਦਾ ਆਯੁਰਵੈਦਿਕ ਲੱਗਦੇ ਹੋ। ਆ ਜਿਹੜਾ ਦੇਸੀ ਨੁਕਤੇ ਵਾਲਾ ਇਲਾਜ ਕਰੀ ਜਾ ਰਹੇ ਹੋ, ਉਹਨਾਂ ਦਾ ਹੱਥ ਜੋਖ ਰਿਹਾ, ਤੁਸੀਂ ਹੱਥ ਨੂੰ ਕੀਤਾ ਠੀਕ ਹੋ ਗਿਆ। ਉਹਦੀ ਕੁੜੀ ਦੁਖਦੀ, ਤੁਸੀਂ ਕੁੜੀ ਚੁੰਮੀ, ਕੁੜੀ ਸਹੀ ਹੋ ਗਈ। ਉਹਦਾ ਸਿਰ ਦੁਖਿਆ, ਤੁਸੀਂ ਸਿਰ ਚੁੰਮਣ ਲੱਗਿਆ ਸੀ, ਮੇਰੀ ਗੱਲ ਸੁਣੋ। ਸਾਰੇ ਇਲਾਜ ਕਰ ਲੈਂਦੇ ਹੋ, ਇੱਕ ਮੇਰਾ ਵੀ ਇਲਾਜ ਕਰ ਦਿਓ। ਚਾਚਾ ਜੀ ਕਰ ਹੀ ਲੈਂਦੇ ਆ, ਸਾਰੇ ਇਲਾਜ ਕਰ ਲੈਂਦੇ, ਤੁਸੀਂ ਕਿਉਂ ਤੰਗ ਕਰਦੇ ਪਏ ਸਾਨੂੰ? ਤੁਸੀਂ ਇੱਕ ਇਲਾਜ ਮੇਰਾ ਵੀ ਹੈਗਾ, ਕਰ ਜਾਓਗੇ ਮਿੰਟ? ਉਹ ਮੈਨੂੰ ਗੱਲ ਕਰ ਲੈਂਦਾ ਤੁਸੀਂ ਕੀ? ਮੈਂ ਨਾ ਨਾ ਕਰੀ, ਮੈਂ ਬੜਾ ਦੁਖੀ ਹੂੰ। ਤੁਸੀਂ ਬਾਬਾ ਸ਼ੀਰ ਦਾ ਇਲਾਜ ਕਰ ਦੋਗੇ? ਮੇਰੀ ਵਾਈਫ ਸੰਭਾਲ ਲਈ, ਸੰਭਾਲ ਲਈ, ਮੈਂ ਚੱਲਾਂ। ਇੱਕ ਮਿਆਂ ਚ ਦੋ ਤਲਵਾਰਾ। ਭਾਈ ਸਾਹਿਬ, ਤੁਸੀਂ ਮੇਰੇ ਘਰ ਵਾਲੇ ਨੂੰ ਦੇਖਿਆ? ਬੈਠੋ, ਬਹਿ ਕੇ ਗੱਲ ਕਰੋ ਭੈਣ ਜੀ, ਬਹਿ ਜਾਓ। ਖੁਲੀਆ ਦੱਸੋ ਘਰ ਵਾਲੇ ਦਾ। ਖੁਲੀਆ ਲਾਲ ਪੱਗ ਬੰਨੀ ਹੋਈ ਹੈ, ਲਾਲ ਪੱਗ। ਲਾਲ ਪੱਗ, ਕਾਲਾ ਕੋਟ ਪਾਇਆ ਨੇ, ਜੈਕਟ ਜੈਕਟ ਜੈਕਟਾਂ ਸ਼ਰਟ ਪਾਈ ਆ। ਮੈਂ ਨਹੀਂ ਦੇਖਿਆ ਜੀ। ਇੱਕ ਮਿੰਟ ਭੈਣ ਜੀ, ਕਿੱਥੇ ਚੱਲੇ? ਮੈਂ ਪੁਲਿਸ ਸਟੇਸ਼ਨ ਚੱਲੀ ਹਾਂ। ਬੈਠੋ ਬੈਠੋ ਬੈਠੋ, ਪੁਲਿਸ ਵਾਲੇ ਲੁੱਟ ਲੈਂਦੇ ਹੁੰਦੇ ਆ, ਥਾਣੇ ਜਾਣ ਦੀ ਕੋਈ ਲੋੜ ਨਹੀਂ, ਆਪਾਂ ਇੱਥੇ ਮਸਲਾ ਹੱਲ ਕਰ ਦਿੰਦੇ ਹਾਂ। ਤੁਸੀਂ ਮੈਨੂੰ ਇਹ ਦੱਸੋ, ਤੁਹਾਡੇ ਘਰ ਵਾਲੇ ਦਾ ਹੁਲੀਆ ਪੂਰਾ ਹੁਲੀਆ? ਮੇਰੇ ਘਰ ਵਾਲੇ ਦਾ ਹੁਲੀਆ ਉੱਚਾ ਲੰਬਾ ਗੱਭਰੂ ਜਵਾਨ, ਮੈਂ ਦੱਸ ਨਹੀਂ ਸਕਦੀ ਇਦਾਂ ਦਾ ਵਧੀਆ। ਮੈਂ ਫਿਲਮਾਂ ਦਾ ਹੀਰੋ ਵਾਂਗ, ਫਿਲਮਾਂ ਦਾ ਹੀਰੋ, ਸਾਰੀਆਂ ਫਿਲਮਾਂ ਦਾ ਹੀਰੋ। ਹੋਏ ਮੈਂ ਮਰ ਗਈ, ਕਿੱਡੀ ਝੂਠੀ ਜਨਾਨੀ ਨੀ, ਤੇਰੇ ਘਰ ਵਾਲੇ ਦਾ ਮੋਟਾ ਜਿਹਾ, ਛੋਟਾ ਜਿਹਾ, ਨਾਲੇ ਕਾਲਾ ਜਿਹਾ ਆ। ਨੀ ਚੁੱਪ ਕਰ ਤੂੰ, ਜਿੱਦਾਂ ਦਾ ਸੀਗਾ ਗਮਾਚਣ ਵਾਲਾ ਗਮਾਚ ਗਿਆ, ਲੱਭ ਤਾਂ ਮੈਂ ਚੰਗਾ ਲਵਾਂ।